खत्म हुआ। सब प्लीज करिए हमारी वीडियो को लाइक करें, शेयर करें और ज़्यादा से ज़्यादा सब्सक्राइब करें। मेरे प्यारे व्यूवर्स, आज ईद का दूसरा दिन है, मेरी तरफ से आपको बहुत बहुत ईद मुबारक। वीडियो का करते हैं आगाज मेरी तरफ से और जान की तरफ से, जान की तरफ से ईद मुबारक जी। जान कह रहा कि तुसी ना कहो, मेरी तरफों मैं खुद कह लूंगा। अच्छा जान ने नहीं कहना, चलो सही हो गया। जान कहना कि मैं नहीं कहना, मेरा ना ना लो। जी मेरे बेटे ने एंट्रो की है जी, जरूर वीडियो को ज्यादा से ज्यादा देखें जी। हाँ जी, किस तरह का बनया? ठीक बनया, गरम हो तो मैं तुम्हें जो टेस्ट किया जी, मैं कहा जी नमक ठीक है, हम तुम ज्यादा पा लेना जी। ਨਹੀਂ ਮੈਂ ਹੋਰ ਤਾਂ ਨਹੀਂ ਪਾਇਆ, ਉਦੋਂ ਹਲੇ ਵਿੱਚ ਪਾਣੀ ਸੀਗਾ ਜਦੋਂ ਤੁਸੀਂ ਟੇਸਟ ਕੀਤਾ। ਨਾਲੇ ਤੁਸੀਂ ਲਾਈਟ ਖਾਂਦੇ ਹੋ, ਮੈਂ ਤੇਜ਼ ਖਾਂਦੀ ਹਾਂ, ਉਹ ਜ਼ਰਾ ਪਕਾਉਣੇ ਵਾਲਿਆਂ ਨੂੰ ਵੀ ਫਿਰ ਹਿਸਾਬ ਨਹੀਂ ਲੱਗਦਾ। ਚੈੱਕ ਕਰੋ ਤਾਂ ਲੱਗੀ ਜਾਂਦਾ ਜਿਵੇਂ ਘੱਟ ਆ। ਆਪਣੀ ਆਪਣੀ ਪਸੰਦ ਦੀ ਗੱਲ ਆ, ਠੀਕ ਹੋ ਗਿਆ। ਅੱਜ ਨਾ ਕਾਫੀ ਜਿਹੜੇ ਆ ਨਾ ਉਹ ਭੈਣ ਭਰਾ ਮੇਰੇ ਕੋਲ ਆਂਢ ਗੁਆਂਢ ਵਾਲੇ ਵੀ ਜਿਹੜੇ ਆ ਨਾ ਸਬਜ਼ੀ ਪੁੱਛਦੇ ਸੀ, ਅੱਜ ਇੱਕ ਦਿਨ ਗੋਸ਼ਤ ਖਾਧਾ। ਹਾਂਜੀ, ਤੇ ਉਹ ਇਸ ਕਰਕੇ ਪੁੱਛਦੇ ਸੀਗੇ ਟਿੰਡੇ ਵੀ ਦੇਖੋ ਤੇ ਕਰੇਲੇ ਵੀ ਦੇਖੋ ਤੇ ਭਿੰਡੀ ਵੀ ਦੇਖੋ। ਤੁਸੀਂ ਇਸ ਤਰ੍ਹਾਂ ਕਰੋ, ਟੋਕਰੀ ਛੁਰੀ ਇਹ ਦੋ ਚੀਜ਼ਾਂ ਤਾਂ ਚੱਕ ਕੇ ਲੈ ਕੇ ਆਓ। ਹਾਂਜੀ, ਛੁਰੀ ਚੱਕ ਕੇ ਲੈ ਕੇ ਆਓ। ਇਹ ਬਿਸਤਰੇ ਵੀ ਉਮਾਰ ਨੂੰ ਕਿਹਾ ਕੰਬਲ ਸਿਰਫ ਅੰਦਰ ਚੱਕ ਕੇ ਰੱਖ ਦੇਵੇ ਤਾਂ ਕਿ ਡਸਟ ਨਾ ਇਹਨਾਂ 'ਚ ਪੈ ਜਾਵੇ ਜੀ। ਆ ਗਏ ਉਹ, ਮੈਂ ਅੰਦਰ ਰੱਖ ਦਿੱਤੀ ਕਿਉਂਕਿ ਉਹ ਟੋਕਰੀ ਪਲਾਸਟਿਕ ਟੁੱਟ ਜਾਣੀ ਸੀ, ਮੈਂ ਲੈ ਗਿਆ ਸੀ ਇੱਥੋਂ ਚੱਕ ਕੇ। ਅੱਛਾ ਕੱਦੂ ਵੀ ਲੱਗੇ ਹੋਏ ਆ, ਹੈਂ ਦੁਆਣੇ ਮੈਂ ਆਪ ਜਿਹੜੇ ਆ ਨਾ ਉਹਨਾਂ ਨੂੰ ਪਾਣੀ ਛੋੜ ਦਿੱਤਾ। ਉਹ ਹੋਰ ਸ਼ੈ ਲਾਣੀ ਆ ਉੱਥੇ, ਕੋਈ ਟਿੰਡੇ ਵਗੈਰਾ ਕੋਈ ਜਿਹੜੀਆਂ ਨਾ ਇਹਦੇ ਕੱਦੂ ਲੱਗ ਗਏ ਆ, ਇਹ ਵੀ ਪਿਆ। ਹਾਂਜੀ, ਚਲੋ ਸਹੀ ਆ, ਤਰ੍ਹਾਂ ਵੀ ਲੱਗੀਆਂ ਹੋਈਆਂ, ਭਿੰਡੀ ਲੱਗੀ ਹੋਈ ਆ। ਚਲੋ ਤੁਸੀਂ ਇਸ ਤਰ੍ਹਾਂ ਕਰੋ ਨਾ, ਭਿੰਡੀ ਤੋੜੋ, ਠੀਕ ਹੈ ਨਾ। ਮੈਂ ਕੱਦੂ ਦਿਖਾਵਾਂ ਆਪਣੇ ਦੇਖਣ ਵਾਲੇ ਭੈਣ ਭਰਾਵਾਂ ਨੂੰ ਕਿ ਇਹ ਦੇਖੋ ਕੱਦੂ ਲੱਗੇ ਹੋਏ, ਮਾਸ਼ਾਅੱਲਾ ਜੀ, ਮਾਸ਼ਾਅੱਲਾ ਬਹੁਤ। ਅਤੇ ਤਰ੍ਹਾਂ ਜਿਹੜੀਆਂ ਇਸ ਬੂਟੇ ਨੇ ਤਰ੍ਹਾਂ ਚੱਕੀਆਂ ਸਮੈਰਾ, ਇਹ ਦੇਖੋ ਨਿੱਕੀਆਂ ਨਿੱਕੀਆਂ ਤਰ੍ਹਾਂ, ਆਹ ਦੇਖੋ ਜ਼ਿਆਨ ਦੇ ਖਾਣ ਵਾਸਤੇ, ਇਹ ਦੇਖੋ ਕੱਲ੍ਹ ਨੂੰ ਇਹ ਪੱਕ ਤਿਆਰ ਹੋ ਜਾਣੀਆਂ। ਆਹ ਦੇਖੋ ਇਹ ਸਾਰੀਆਂ ਤਰ੍ਹਾਂ ਲੱਗੀਆਂ ਹੋਈਆਂ, ਇਹ ਛੋਟੀਆਂ ਛੋਟੀਆਂ ਜੀ ਕੱਦੂ ਲੱਗੇ ਹੋਏ ਆ। ਹੈਂ, ਇਹ ਦੇਖੋ ਭਿੰਡੀ ਲੱਗੀ ਹੋਈ, ਇਹ ਭਿੰਡੀ ਫਰੈਸ਼ ਭਿੰਡੀ। ਅੱਛਾ ਮੈਂ ਨਾ ਤੁਸੀਂ ਕੀ ਕਹਿੰਦੇ ਸੀ ਟਿੰਡੇ,
ਟਿੰਡੇ ਦੇਖਾਂ ਤਾਂ ਭਲਾ ਹੈਂ ਨਹੀਂ ਲੱਗਦੇ ਪਏ ਆ ਟਿੰਡੇ, ਟਿੰਡਿਆਂ ਨੇ ਫਲ ਚੱਕਿਆ ਹੋਇਆ ਅਤੇ ਟਿੰਡੇ ਲੱਗਦੇ ਪਏ ਆ। ਅੱਛਾ ਜੀ, ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਆ ਜੀ। ਅਤੇ ਟਿੰਡੇ ਵੀ ਜਿਹੜੇ ਆ ਨਾ ਦਿਖਾ ਰਿਹਾ ਮੈਂ ਆਪਣੇ ਦੇਖਣ ਵਾਲੇ ਭੈਣ ਭਰਾਵਾਂ ਨੂੰ, ਜੇ ਕੋਈ ਆਹ ਲਓ ਆਹ ਕਿੱਡਾ ਟਿੰਡਾ ਹੋਇਆ ਪਿਆ, ਆਹ ਦੇਖੋ ਆਹ ਦੇਖੋ ਹੈਂ, ਇਹ ਤਾਂ ਪੱਕ ਗਿਆ, ਤੁਸੀਂ ਉਹ ਦੇਖੇ ਨਹੀਂ ਹੈਗੇ, ਇੱਦਾਂ ਵੇਰ ਫੋਲ ਕੇ ਜਿਹੜੀ ਆ ਨਾ ਦੇਖਣੀ ਚਾਹੀਦੀ ਆ। ਮੈਂ ਟਿੰਡੇ ਅਤੇ ਕਰੇਲੇ ਲੱਭਾਂ, ਚਲੋ ਮੈਂ ਟਿੰਡੇ ਅਤੇ ਕਰੇਲੇ ਲੱਭਦਾ ਵਾਂ, ਤੁਸੀਂ ਜਿਹੜਾ ਨਾ ਉਹ ਭਿੰਡੀ ਤੋੜੋ। ਅੱਜ ਇੱਦਾਂ ਸਾਡੇ ਕੋਲ ਸੈਕਿੰਡ ਡੇ ਆ, ਦੂਸਰਾ ਦਿਨ ਆ, ਆਹ ਦੇਖੋ ਕਿੱਡਾ ਸਾਰਾ ਕਰੇਲਾ ਲੱਗਿਆ ਹੋਇਆ, ਆਹ ਦੇਖੋ ਤੋੜ ਕੇ ਅੱਗੇ ਪੱਕ ਗਿਆ, ਇਹ ਦੇਖੋ ਕਰੇਲਾ ਲੱਗਿਆ। ਮੈਂ ਤੁਹਾਡੇ ਨਾਲ ਭਿੰਡੀ ਤੜਾਉਣਾ ਕਿ ਕਰੇਲੇ ਤੋੜੋ, ਚਲੋ ਚਾਰ ਪੰਜ ਤਾਂ ਲੱਗਣ ਤਾਂ ਹੀ ਪੱਕਾ, ਇੱਕ ਕਰੇਲਾ ਤੋੜੀ ਜਾਓ ਪੱਕ ਉਹ ਹੋ ਜਾਂਦਾ ਫਿਰ। ਹਾਂਜੀ, ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਆ ਜੀ। ਏ ਸੀ ਚੱਲਦਾ ਪਿਆ। ਹਾਂਜੀ ਉਮਰ ਬੇਟਾ ਸੁਣਾਓ, ਖੁਸ਼ ਹਾਂ ਹੈਂ, ਕਿਸ ਤਰ੍ਹਾਂ ਠੰਡੀ ਹਵਾ ਲੱਗਦੀ ਆ? ਅਗਰ ਇਸ ਜਗ੍ਹਾ 'ਤੇ ਪਵੇ ਨਾ ਇੱਥੇ, ਇੱਥੇ ਜ਼ਿਆਦਾ ਲੱਗਦੀ ਆ, ਇੱਥੇ ਜਿੱਥੇ ਮੈਂ ਖੜਾ ਹਾਂ। ਹਾਂਜੀ ਫੂਮ ਠੰਡਾ ਜੀ ਬਿਲਕੁਲ, ਜਿਹੜਾ ਨਾ ਬਹੁਤ ਹਾਂ ਬਹੁਤ ਹਵਾ ਤਾਂ ਵਾਕਈ ਬਹੁਤ ਗਰਮ ਆ, ਬਾਹਰ ਪੱਖਿਆਂ ਦੀ ਹਵਾ ਬਹੁਤ ਗਰਮ, ਰੂਮ ਠੰਡਾ ਵਾ, ਏ ਸੀ ਚੱਲਦਾ ਪਿਆ। ਹਾਂਜੀ ਜੀ, ਅੱਗੇ ਸਾਡਾ ਨਾ ਸਿਸਟਮ 3:30 ਵਜੇ ਜਿਹੜਾ ਨਾ ਕੀ, ਹਾਂਜੀ, ਅਤੇ ਇਹ ਤਕਰੀਬਨ 4:30 ਵਜੇ ਤੱਕ ਚੱਲਦਾ। ਕੱਲ੍ਹ ਫਿਰ ਉਹ ਜਿੰਨੀ ਧੁੱਪ ਦੀ ਹੈ ਨਾ, ਅਗਰ ਬੱਦਲ ਬੁੱਦਲ ਆ ਜਾਵੇ ਫਿਰ, ਪਹਿਲੇ ਜ਼ਿਆਨ ਕਹਿੰਦਾ ਟ੍ਰਿਪ ਕਰ ਗਿਆ ਆ, ਜ਼ਿਆਨ ਨੂੰ ਵੀ ਪਤਾ ਲੱਗ ਜਾਂਦਾ ਕਿ ਅਸੀਂ ਟ੍ਰਿਪ ਕਰ ਗਿਆ। ਹਾਂਜੀ ਅੱਛਾ ਜੀ, ਇਹ ਕੂਲਰ ਅਸੀਂ ਲੈ ਕੇ ਆਏ ਸੀ ਅਤੇ ਰਾਤ ਨੂੰ ਬਾਹਰ ਲਗਾਉਣ ਵਾਸਤੇ, ਅਤੇ ਇਹਦੀ ਜਿਹੜੀ ਹੈ ਨਾ ਕੂਲਿੰਗ, ਕਿਉਂਕਿ ਬਿਜਲੀ ਦਿਨੇ ਤਾਂ ਇਹ ਸੋਲਰ ਚੱਲਦਾ ਨਾ, ਰਾਤ ਨੂੰ ਫਿਰ ਅਸੀਂ ਬਿਜਲੀ ਦੀ ਬੱਚਤ ਕਰਦੇ ਹਾਂ, ਅਤੇ ਫਿਰ ਇਹ ਜਿਹੜਾ ਨਾ UPS 'ਤੇ ਵੀ ਚਲਾ ਲਈਦਾ, ਅਤੇ ਕਿਉਂਕਿ ਬੈਟਰੀਆਂ ਚਾਰਜ ਹੋ ਜਾਂਦੀਆਂ ਅਸੀਂ UPS 'ਤੇ ਲਗਾ ਲੈਂਦੇ ਹਾਂ, ਅਤੇ ਬਹੁਤ ਜ਼ਬਰਦਸਤ ਜਿਹੜਾ ਨਾ ਨਿਜ਼ਾਮ ਜਿਹੜਾ ਉਹ ਠੀਕ ਰਹਿੰਦਾ ਵਾ, ਕਿਉਂਕਿ ਬੱਚਤ ਵੀ ਕਰਨੀ ਚਾਹੀਦੀ ਹੈ ਨਾ। ਜੇ ਧੁੱਪ ਬਹੁਤ ਜ਼ਿਆਦਾ ਵਾ ਅਤੇ ਉਹ ਜਿਹੜਾ ਨਾ ਸ਼ੈੱਡ, ਮੌਸਮ ਖਰਾਬ ਜਿਉਂ ਹੀ ਹੋਇਆ ਅਤੇ ਉਹ ਸ਼ੈੱਡ ਜਿਹੜਾ ਨਾ ਉਤਾਰ ਦੇਣਾ ਅਸੀਂ, ਤਾਂ ਕਿ ਜਿਹੜਾ ਨਾ ਸ਼ੈੱਡ ਉਤਾਰਾਂਗੇ, ਅਤੇ ਉਹ ਮੇਰੇ ਖਿਆਲ ਸਿਲਾਈ ਫੇਰ ਜਿਹੜੀ ਹੈ ਨਾ ਉੱਧੜ ਗਈ ਆ, ਮੈਂ ਦਿਖਾਉਣਾ ਜਾ ਕੇ, ਇਹ ਸਿਲਾਈ ਨਹੀਂ ਰਹਿੰਦੀ ਹੈਗੀ, ਇਹ ਜਿੰਨਾ ਚਿਕਰ
ਇਹ ਸਿਲਾਈ ਦੇਖ ਲਓ, ਅਸੀਂ ਇਹਦਾ ਬਹੁਤ ਖਿਆਲ ਰੱਖਦੇ ਹਾਂ, ਲੇਕਿਨ ਇਹ ਜਿਹੜੀ ਸਿਲਾਈ ਆ ਨਾ, ਇਹ ਨਹੀਂ ਠਹਿਰਦੀ ਹੈਗੀ। ਇਸ ਦਾ ਕੋਈ ਹੋਰ ਬੰਦੋਬਸਤ ਕਰਨਾ ਪੈਣਾ ਵਾ। ਇਹ ਦੇਖੋ ਇਹ ਸਿਲਾਈ, ਉੱਥੋਂ ਮੈਨੂੰ ਨਜ਼ਰ ਆਈ ਆ ਕਿ ਇਹ ਸਿਲਾਈ ਜਿਹੜੀ ਆ ਨਾ ਟੁੱਟ ਗਈ ਆ। ਇਸ ਨੂੰ ਮੇਰੇ ਖਿਆਲ ਕੋਈ ਤਾਰ ਮਾਰਨੀ ਪੈਣੀ ਆ ਜੀ। ਇਹ ਦੇਖ ਸਕਦੇ ਹੋ ਇਹ ਸਾਡੀ ਸਿਲਾਈ ਕੀਤੀ ਹੋਈ ਫੇਰ ਜਿਹੜੀ ਆ ਨਾ ਉਹ ਫਟ ਗਈ ਆ। ਹਜੇ ਕਿ ਹਵਾ ਨਹੀਂ ਹਜੇ ਚੱਲਦੀ ਨਾ, ਹਜੇ ਨੇਰ ਨਹੀਂ ਆਇਆ, ਅਤੇ ਨੇਰ ਦੇ ਆਉਣ ਤੋਂ ਪਹਿਲੇ ਪਹਿਲੇ ਵੈਸੇ ਮੈਂ ਇਹਨੂੰ ਉਤਾਰ ਦਿੰਦਾ ਜੀ। ਮੌਸਮ ਖਰਾਬ ਸੀ, ਮੈਂ ਸ਼ੈੱਡ ਉਤਾਰ ਦਿੱਤਾ, ਇਸ ਤਰ੍ਹਾਂ ਉਤਾਰ ਦਿੱਤਾ ਸ਼ੈੱਡ। ਅਤੇ ਇਹ ਦੇਖੋ ਜੀ, ਇਹ ਸਾਡਾ ਅੰਬ ਲੱਗਿਆ ਹੋਇਆ, ਹਾਂਜੀ ਛੋਟਾ ਜਿਹਾ ਪੌਦਾ, ਮੈਂਗੋ ਲੱਗੇ ਹੋਏ ਨੇ। ਦੇਖੋ ਚਾਹੇ ਬੱਕਰਾ ਈਦ ਦਾ, ਚਾਹੇ ਸਬਜ਼ੀਆਂ ਖਾਓ, ਚਾਹੇ ਗੋਸ਼ਤ ਖਾਓ ਜੀ। ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਅਦਾ ਕਰਨਾ ਚਾਹੀਦਾ ਕਿ ਅੱਲਾਹ ਤਾਲਾ ਨੇ ਸਬਜ਼ੀਆਂ ਦਿੱਤੀਆਂ। ਇਹ ਦੇਖੋ ਸਬਜ਼ੀ ਲੱਗੀ ਹੋਈ ਆ ਬਿਲਕੁਲ, ਜਿਹੜਾ ਨਾ ਮਾਸ਼ਾਅੱਲਾ ਇਹ ਬੂਟਾ ਭਰਿਆ ਪਿਆ ਵਾ। ਇਹ ਦੇਖੋ ਇਹ ਬੈਂਗਣ ਲੱਗੇ ਹੋਏ, ਇਹ ਸਾਰੇ ਜਿਹੜੇ ਆ ਨਾ, ਇਹ ਤਾਂ ਮੇਰਾ ਜਿੱਥੇ ਜਿੱਥੇ ਤੱਕ ਕੈਮਰਾ ਜਾਂਦਾ ਉੱਥੇ ਤੱਕ। ਇਹ ਦੇਖੋ ਮਾਸ਼ਾਅੱਲਾ ਜੀ, ਬੈਂਗਣਾਂ ਨਾਲ ਬੂਟਾ ਭਰਿਆ ਪਿਆ, ਕਿਲੋ ਦੋ ਕਿਲੋ ਬੈਂਗਣ ਚਾਹੇ ਹੁਣ ਪਕਾ ਲਓ। ਹਮ ਰੋਜ਼ਾਨਾ ਫਰੈਸ਼ ਫਰੈਸ਼ ਸਬਜ਼ੀ ਤੋੜਦੇ ਹੈ, ਕਰੇਲੇ ਔਰ ਹਮਨੇ ਅੱਜ ਭਿੰਡੀ ਤੋੜੀ ਹੈ, ਹਮੇ ਬਹੁਤ ਅੱਛਾ ਲੱਗਤਾ ਹੈ, ਹਮਾਰੇ ਘਰ ਸਬਜ਼ੀ ਲੱਗੀ ਹੈ। ਈਦ ਵਾਲੇ ਦਿਨ ਵੀ ਹਮ ਗੋਸ਼ਤ ਦੀ ਜਗ੍ਹਾ ਸਬਜ਼ੀ ਵੀ ਬਣਾ ਸਕਦੇ ਹੈ। ਸੋਨਾ ਫਰੈਸ਼ ਫਰੈਸ਼ ਭਿੰਡੀ ਤੋੜਦੇ ਹੈ। ਯਾਨ ਤਿਆਰ ਹੋ ਕੇ ਆਏ ਹੋ? ਹੈਂ ਕਿਉਂ? ਹੈਂ ਤੂੰ ਬੰਦਾ ਲੈਣਾ? ਆਪਕੀ ਚਮਚੀ ਕਿਆ ਹੈ? ਚਮਚੀ ਤੇ ਚਿੱਪੀ ਕਹੂੰਗੀ ਆ। ਉਹਨੇ ਭਾਈ ਨੇ ਪਤਾ ਕੀ ਕੀਤਾ, ਸਭ ਤੋਂ ਪਹਿਲੇ ਆਹ ਸ਼ੀਸ਼ਾ ਉਹਨੇ ਕੱਢ ਕੇ ਬਾਹਰ ਰੱਖਿਆ ਦੀਵਾਰ ਦੇ ਨਾਲ, ਇਹ ਸ਼ੀਸ਼ਾ ਕੱਢਿਆ ਬਾਹਰ, ਫਿਰ ਆਹ ਸ਼ੀਸ਼ਾ ਉਹਨੇ ਪੇਚਕਸ ਪਾ ਕੇ ਬਾਹਰ ਕੱਢਿਆ, ਬਾਹਰ ਕੱਢ ਕੇ ਫਿਰ ਸੈੱਟ ਕੀਤਾ, ਸੈੱਟ ਕਰਕੇ ਫਿਰ ਦੁਬਾਰਾ ਪਾਇਆ, ਫਿਰ ਉਹ ਸ਼ੀਸ਼ਾ ਪਾਇਆ। ਹੁਣ ਕਿਹੜੀ ਨਹੀਂ ਉਹ ਕਹਿੰਦਾ ਅੱਛਾ ਜੇ ਤਾਂ ਪੱਟੀ ਜੀ ਜਿਹੜੀ ਆ ਉਹ ਵੈਸੇ ਬਾਹਰ ਰਹਿ ਗਈ ਨਾ। ਚਲੋ ਉਹ ਕਹਿੰਦਾ ਸੀ ਉਹ ਕੱਪੜੇ ਜੇ ਵੀ ਅੜਦੇ ਆ ਨਾਲ ਜਿਹੜੇ ਨਾ। ਨਹੀਂ ਇਹਨਾਂ ਦਾ ਕੋਈ ਮਸਲਾ ਨਹੀਂ, ਇਹਨਾਂ ਕੋਈ ਨਹੀਂ ਅੜਦੇ। ਚਲੋ ਇਹ ਤਾਂ ਠੀਕ ਆ, ਟਿੱਡੀ ਤਾਂ ਲੰਘਣੀ ਲੰਘਣੀ ਆ।
ਟਿੱਡੀ ਨੰਗਣੀ ਨਹੀਂ ਚਾਹੀਦੀ ਵੈਸੇ ਹਨਾ, ਦੇਖੋ ਮੇਰਾ ਹੱਥ ਪੂਰਾ ਜਾ ਰਿਹਾ ਤੇ ਟਿੱਡੀ ਛੱਡ ਨੇਰੀ ਵੀ ਜਾ ਸਕਦੀ ਹੈ। ਟਿੱਡੀ ਟੁੱਡੀ ਨੇ ਸਾਰੇ ਟੁੱਕ ਦੇਣੇ, ਇਹਨੂੰ ਤੁਸੀਂ ਆਪਣੇ ਸੇਫ ਚ ਰੱਖ ਦਿਓ। ਇਹ ਚ ਬਸ ਬਰਤਨ ਨੀ, ਅੱਲਾ ਨੇ ਤਫੀਕ ਦਿੱਤੀ ਤੇ ਬਰਤਨਾਂ ਦਾ ਕੋਈ ਸੈੱਟ ਰੱਖ ਦਿਆਂਗੇ, ਤੁਸੀਂ ਆਪਣੇ ਕੱਪੜੇ ਚੱਕ ਲਓ ਇੱਥੋਂ। ਅੱਛਾ ਹੁਣ ਚੱਕ ਲਾਂਗੇ, ਅੱਜ ਤਾਂ ਆਪਾਂ ਹਾਂਡੀ ਰੱਖੀ ਹੋਈ ਹੈ, ਟਾਈਮ ਨਹੀਂ ਹੈਗਾ।